ਛੱਜੂ ਸੱਚ ਦਾੜੀ ਦੀ ਯਾਦ ਆਉਂਦਾ ਯਾਦ ਆਉਂਦੀ ਹੈ ਉਹਨਾਂ ਦਾ ਚਿਹਰਾ ਜੇ ਮਨ ਵਿੱਚ ਆਵੇ ਤਾਂ ਕਿਹੜੀ ਗੁਰਬਾਣੀ ਦੀ ਪੰਕਤੀ ਆਉਂਦੀ ਹੈ ਯਾਦ ਸੇ ਦਾੜੀਆਂ ਸੱਚੀਆਂ ਜੋ ਗੁਰ ਚਰਣੀ ਲਗਨ ਅਨਦਿਨ ਸੇਵਨ ਗੁਰ ਆਪਣਾ ਅਨਦਿਨ ਅਨਦਰ ਹਨ ਐਸੀਆਂ ਐਸੀਆਂ ਪੰਕਤੀਆਂ ਯਾਦ ਆਉਂਦੀਆਂ ਨੇ ਜੇ ਉਹਨਾਂ ਦਾ ਚਿਹਰਾ ਯਾਦ ਆਈ ਉਹਨਾਂ ਦਾ ਚਿਹਰਾ ਆਵੇ ਮਨ ਵਿੱਚ He was a Parcharak of a different caliber, different standing. Very, very different from the norm these days. Paisa Pai Rajinder Singh Ji, Kafi Chir Vaste, Akhand Kirtani Jathe De Pardhan Rahe Ne. Phir us ton baad baar Parchar Vaste Jadon Ture San, Aam Karke Je Tusi Vekho, Parchar Kithe Kithe Tak Pahunchda Hai. ਅੱਛਾ ਅਸੀਂ ਆਪਣੀ ਪਹਿਲਾਂ ਆਪਣੇ ਮਲੇਸ਼ੀਆ ਦੀ ਗੱਲ ਕਰੀਏ ਜਿਹੜੇ ਅਸੀਂ ਹੈਗੇ ਹਾਂ ਕੀਰਤਨ ਕਰਨ ਵਾਲੇ ਜਾਂ ਥੋੜ੍ਹਾ ਬਹੁਤਾ ਪ੍ਰਚਾਰ ਕਰਨ ਵਾਲੇ ਅਸੀਂ ਕਦੇ ਕੋਨੇ ਕੋਨੇ ਤੇ ਤੱਕ ਕੋਨੇ ਕੋਨੇ ਤੱਕ ਨਹੀਂ ਜਾਂਦੇ ਮਲੇਸ਼ੀਆ ਦੇ ਵਿੱਚ ਵੀ ਜੇ ਜਾਵਾਂਗੇ ਕੁਆਲਾਲੰਪੁਰ ਦੀਆਂ ਸਟੇਜਾਂ ਭਾਲਦੇ ਹਾਂ ਜਾਂ ਈਪੋ ਦੀਆਂ ਜਾਂ ਪਿਨਾਂਗ ਦੀਆਂ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਜਦੋਂ ਇੱਥੇ ਆਉਂਦੇ ਸਨ ਕੁਆਲਾਲੰਪੁਰ ਦੇ ਲਗਭਗ ਸਾਰੇ ਗੁਰਦੁਆਰਿਆਂ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਜਦੋਂ ਨੌਰਥ ਵੱਲ ਜਾਂਦੇ ਸਨ
ਤਾਂ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਦਾ ਟਿਕਾਣਾ ਇਹ ਦਸ ਦੇ ਨਾਲ ਜੋ ਤਬਲੇ ਤੇ ਸਾਹ ਦੇ ਰਹੇ ਨੇ ਭਾਈ ਸਾਹਿਬ ਸਿੰਘ ਜੀ ਇਹਨਾਂ ਦੇ ਪਿਤਾ ਜੀ ਭਾਈ ਮਨਜੀਤ ਸਿੰਘ ਜੀ ਇਹਨਾਂ ਦੇ ਗ੍ਰਹਿ ਠਹਿਰਦੇ ਸਨ ਭਾਈ ਰਜਿੰਦਰ ਸਿੰਘ ਜੀ ਤੇ ਫਿਰ ਇੱਥੋਂ ਬੇਸ ਤੇ ਫਿਰ ਪ੍ਰਚਾਰ ਵਿਲੇਜਸ ਤੱਕ ਛੋਟੇ ਛੋਟੇ ਗੁਰਦੁਆਰਿਆਂ ਤੱਕ ਜਿੱਥੇ ਕੋਈ ਅਸੀਂ ਜਾਣ ਨੂੰ ਤਿਆਰ ਨਹੀਂ ਹਾਂ ਪਰਲਿਸ ਤੱਕ ਕੰਗਰ ਤੱਕ ਇਹ ਆਪਣੇ ਮਲੇਸ਼ੀਆ ਦੀ ਗੱਲ ਹੈ ਤੇ ਜੇ ਇੰਟਰਨੈਸ਼ਨਲ ਪ੍ਰਚਾਰ ਕਰਦੇ ਨੇ ਤਾਂ ਜਿੱਥੇ ਆਮ ਵੱਡੇ ਪ੍ਰਚਾਰਕ ਚੋਟੀ ਦੇ ਉੱਥੇ ਜਿੱਥੇ ਨਹੀਂ ਪਹੁੰਚਦੇ ਇਹ ਪਹੁੰਚਦੇ ਸਨ ਫਿਲੀਪੀਨਸ ਕੌਣ ਜਾਂਦਾ ਵੇ ਬੰਗਲਾਦੇਸ਼ ਕੌਣ ਜਾਂਦਾ ਵੇ ਪਾਕਿਸਤਾਨ ਤੱਕ ਬੰਗਲਾਦੇਸ਼ ਤੱਕ ਫਿਲੀਪੀਨਸ ਤੱਕ ਜਿੱਥੇ ਸ਼ਾਇਦ ਇੰਨੇ ਜ਼ਿਆਦੀਆਂ ਸਿੱਖ ਸੰਗਤਾਂ ਨਾ ਹੋਣ ਜਾਂ ਕਰੰਸੀ ਥੋੜ੍ਹੀ ਵੀਕ ਪਰ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਯੂਕੇ ਵਾਲੇ ਉੱਥੇ ਤੱਕ ਪਹੁੰਚ ਜਾਂਦੇ ਸਨ ਆਓ ਐਸੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੁੜੀਏ ਯਾਨੀ ਮਹਿੰਦਰ ਸਿੰਘ ਜੀ ਖਾਲਸਾ ਤਿੰਨਾਂ ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਆਓ ਪਿਆਰ ਦੇ ਨਾਲ ਪਹਿਲਾਂ ਸ਼ਬਦ ਦੱਸ ਰਹੇ ਕੀਰਤਨ ਦੀ ਚੱਲਦੀ ਆਈ ਪਰੰਪਰਾ ਅਨੁਸਾਰ ਰਾਗ ਦੇ ਵਿੱਚ ਪੇਸ਼ ਕਰਨਗੇ ਸਮੇਂ ਦਾ ਰਾਗ ਰਾਗ ਚੰਦਰ ਕਵਾਂਸ ਆਓ ਪਿਆਰ ਨਾਲ ਨਿਸ਼ਾਨੀ ਸਾਧ ਕੀ ਜਿਸ ਪੇਟ
गुण गुम्फो मन माल, मन माल माल कौन सा जानी संत की मित्राई
गुर भेट पुनीता मेहमा साधु संग की मेहमा साधु संग की सुनो मेरे मीता मेहमा साधु संग की सुनो मेरे मीता मैल खोई कोट अग हरे संत जना मिल हर जस गायो कोट जन्म के दुख गवायो कोट जन्म के दुख गवायो मैल खोई कोट अग हरे निर्मल पै चीता ये निशानी साध की जिस भेटत तरिया कबीर सेवा को दोए भले एक संत एक राम राम जो दाता मुक्त पा संत जपावे नाम राम जो दाता मुक्त पा संत जपावे सदा सुख होए आप मिलाए लाए प्रभ सोए ओ धनवंत कुलवंत पतवंत जीवन मुख जिस हृदय भगवंत तन 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 जन आया जिस प्रसाद सब जगत कराया जन आवन का ए है सुआओ जन के संग चित आवे नाओ जप मन माधो मधुसूदनो श्री रंगो परमेश्वरो सत परमेश्वरो प्रभ अंतर जामी सब दुखन को हंता सब सुखन को दाता हर प्रीतम गुण गाओ रहो हर घट कटे घट बसता हर जल थले हर बसता हर थान थन अंतर बसता हर दिखन को चाओ कोई आवे संतो कोई आवे संतो हर का जन संतो मेरा प्रीतम जन संतो मोहे मार्ग दिखलावे किस जन के हो मल मल तो वहां किस जन के मल मल तो पाओ ए निशानी साध की जिस भेटत तरिया ए निशानी साध की जिस भेटत तरिया जन नानक धूड़ मंगे तिस गुरसिख की तिस गुरसिख की इस गुर सिख की जो आप जप अवर नाम जपावे
ਦਿਲ ਨਾਨਕ ਧੂੜ ਮੰਗੈ। ਆਓ ਭਾਈ ਗੁਰਦਾਸ ਜੀ ਦੀ ਮੁਖਾਰ ਬਿੰਦ ਤੋਂ ਤਿਨ੍ਹਾਂ ਦੇ ਪਵਿੱਤਰ ਬਚਨ ਸਰਵਣ ਕਰੀਏ। ਗੁਰਸਿੱਖ ਦੀ ਉਸ ਸਥਿਤੀ ਦੇ ਵਿੱਚ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ। ਨੱਖ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ। ਨੱਖ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ। ਅਗਨ ਜਲਾਏ ਫੁੱਨ ਪਿਸਨ ਪਿਸਾਏ ਤਾਹੇ, ਲੈ ਉੱਡੇ ਪਵਨ ਹੋਏ ਅਨਕ ਪ੍ਰਕਾਰੀਐ। ਜੱਟ ਕੱਟ ਸਿੱਖ ਪਗ ਧਰੈ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ। ਜੱਟ ਕੱਟ ਸਿੱਖ ਪਗ ਧਰੈ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਐ। ਦੇਹ ਪਦ ਪਾਦ ਚਰਨ ਲਿਵ ਲਾਗੀ ਰਹੈ, ਦਇਆ ਕੈ ਦਇਆਲ ਮੋਹਿ ਪਤ ਕੋ ਉਦਾਰੀਐ। ਇਹ ਨਿਸ਼ਾਨੀ ਸਾਦਗੀ, ਇਹ ਨਿਸ਼ਾਨੀ ਸਾਦਗੀ। ਓਏ ਸਾਜਨ ਓਏ ਮੀਤ ਪਿਆਰੇ, ਓਏ ਸਾਜਨ ਮੀਤ ਪਿਆਰੇ, ਆ ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਜਾਂ ਕੀ ਤੀਰਤ ਇਸ ਮਨ ਸਦਾਰੇ,
संग साधु का पहल संतन की संग साधु